ਲੱਗ ਚੁੱਕੀ ਡਿਊਟੀ ਸੀ, ਪੀਸੀਆਰ ਦੀ ਲਾਤੀ ਹੈ ਡਿਊਟੀ ਆਪਣੇ ਪੈਟਰੋਲ ਪਾਣੀ ਦੀਆਂ ਥਾਣੇਦਾਰਾਂ ਦੇ ਮੇਰਿਆਂ ਦੀਆਂ। ਭਾਰਤ ਵਿੱਚ ਜਿਹੜਾ ਲੋਕਡਾਊਨ ਦਾ ਜਿਹੜਾ ਇੱਕ ਪ੍ਰਧਾਨ ਮੰਤਰੀ ਵੱਲੋਂ ਐਲਾਨ ਕੀਤਾ ਗਿਆ, ਉਸ ਤੋਂ ਬਾਅਦ ਪੰਜਾਬ 'ਚ ਤਾਂ ਆਲਰੇਡੀ ਕਰਫਿਊ ਦੀ ਸਥਿਤੀ ਸੀ, ਹੁਣ ਕਿਸ ਤਰ੍ਹਾਂ ਦੇ ਜਿਹੜੇ ਇੰਸਟਰਕਸ਼ਨਸ ਦੇ ਦਿੱਤੇ? ਇੱਦਾਂ ਜੀ, ਮਾਨਯੋਗ CM ਸਾਹਿਬ ਵੱਲੋਂ, DGP ਸਾਹਿਬ ਵੱਲੋਂ ਜਿਹੜੀਆਂ ਬੜੀਆਂ ਇੰਸਟਰਕਸ਼ਨਸ ਬੜੀਆਂ ਕਲੀਅਰ ਹੈਗੀਆਂ। ਕਰਫਿਊ ਲੱਗਿਆ ਹੋਇਆ ਪੰਜਾਬ ਦੇ ਵਿੱਚ, ਔਰ ਅਸੀਂ ਹੈਗਾ ਜਿਹੜੇ ਪ੍ਰੋਪਰ ਨਾਕਾਬੰਦੀਜ਼, ਔਰ ਜਿਹੜੇ ਹੈਗੇ ਆ ਪੈਟਰੋਲਿੰਗ ਪਾਰਟੀ ਸਾਡੀਆਂ ਇਲਾਕੇ ਦੇ ਵਿੱਚ ਹੈਗੀਆਂ। ਅਸੀਂ ਹੁਣ ਵੀ ਜਿਹੜਾ ਹੈਗਾ ਇਹਨਾਂ ਨੂੰ ਨਾਕਾਬੰਦੀ ਨੂੰ ਬਰੀਫ ਕਰ ਰਹੇ, ਇਹਨਾਂ ਨੂੰ ਜਿਹੜੇ ਮੌਕੇ 'ਤੇ ਡਿਊਟੀ 'ਤੇ ਆਪਣੇ ਖੜ੍ਹੇ ਆ, ਇਹਨਾਂ ਦੇ ਕਾਫੀ ਡਿਊਟੀ ਆਵਰਸ ਵੀ ਹੈਗੇ ਇਸ ਵੇਲੇ, ਇਹਨਾਂ ਦੇ ਅਸੀਂ ਪ੍ਰੋਪਰ ਦੇਖ ਰਹੇ ਹੈਗੇ ਸਾਰਾ ਇਹਨਾਂ ਦੀ ਡਿਊਟੀ 'ਤੇ, ਇਹਨਾਂ ਬਰੀਫਿੰਗ ਵੀ ਕਰ ਰਹੇ ਹਾਂ ਕਿ ਜਿਹੜੀ ਆਮ ਜਿਹੜੇ ਲੋਕ ਹੈਗੇ ਆ, ਕਈ ਵਾਰੀ ਕੋਈ ਕਿਸੇ ਦਾ ਇਸ਼ੂ ਆ, ਕੋਈ ਪਾਸਿਸ ਹੈਗੇ ਉਹਨਾਂ ਦੇ ਕੋਲ, ਕੋਈ ਲੇਬਰ ਦਾ ਕੋਈ ਅਤੇ ਕੋਈ ਸਪੈਸ਼ਲ ਅਸੈਂਸ਼ੀਅਲ ਗੁੱਡਸ ਲਈ ਕੋਈ ਜਾ ਰਹੇ ਆ, ਜਾਂ ਉਹਨਾਂ ਦਾ ਕੋਈ ਇਸ਼ੂ ਹੈਗਾ, ਤਾਂ ਇਕੱਲਿਆਂ ਇਕੱਲਿਆਂ ਨੂੰ ਉਹਨਾਂ ਨੂੰ ਬਰੀਫ ਕੀਤਾ ਆ ਕਿ ਲੋਕਾਂ ਨੂੰ ਪ੍ਰੋਬਲਮ ਨਾ ਆਵੇ। ਜਿਹੜੇ ਕੋਈ ਮਿਲਕਮੈਨ ਹੈਗਾ ਆ ਜਾਂ ਕੋਈ ਹੋਰ ਜਿਹੜੇ ਕੋਈ ਸਬਜ਼ੀਆਂ ਵੇਚਣ ਵਾਲੇ ਆ, ਸੋ ਉਹਦੇ ਲਈ ਹੈਗਾ। ਔਰ ਫੋਰਸ ਨੂੰ ਜਿਹੜਾ ਹੈਗਾ ਸਾਡੀ, ਕਿਉਂਕਿ ਫੋਰਸ ਕਾਫੀ ਸਾਰੇ ਡਿਊਟੀ 'ਤੇ ਜਿਹੜਾ ਹੈਗਾ ਐਕਸਟਰਾ ਟਾਈਮ ਵੀ ਜਿਹੜੀ ਡਿਊਟੀ ਕਰ ਰਹੀ ਹੈ ਫੋਰਸ, ਔਰ ਇਹਨਾਂ ਦਾ ਮਨੋਬਲ ਉੱਚਾ ਕਰਨ ਲਈ, ਔਰ ਇਹਨਾਂ ਨੂੰ ਜਿਹੜਾ ਹੈਗਾ ਆ ਇਹਨਾਂ ਦੀ ਅੱਛੀ ਤਰ੍ਹਾਂ ਡਿਊਟੀ ਕਰਨ ਲਈ ਜਿਹੜਾ ਹੈਗਾ 1-to-1 ਇਹਨਾਂ ਨੂੰ ਅਸੀਂ ਆਪ ਇੰਟਰੈਕਟ ਕਰ ਰਹੇ ਹਾਂ। ਸਰ, ਕੁਛ ਰਿਲੈਕਸੇਸ਼ਨ ਦੇਣ ਦੇ ਬਾਰੇ ਕੁਛ ਪ੍ਰਸ਼ਾਸਨ ਨਾਲ ਕੀਤੀ ਗਈ ਗੱਲਬਾਤ? ਇਹ ਤਾਂ ਮਾਨਯੋਗ DC ਸਾਹਿਬ ਦੱਸਣਗੇ, ਔਰ ਜਿਹੜਾ ਹੈਗਾ ਜਿੱਦਾਂ ਵੀ ਕੋਈ ਫਰਦਰ ਆਰਡਰ ਆਉਣਗੇ ਉਹਦੇ ਅਕੋਰਡਿੰਗ ਵੀ ਜਿਹੜਾ ਹੈਗਾ ਸਾਰਿਆਂ ਨੂੰ ਪ੍ਰੋਪਰਲੀ ਕਨਵੇ ਕਰਾਇਆ ਜਾਏਗਾ। ਹਾਲੇ ਤੱਕ ਡੋਰ ਟੂ ਡੋਰ ਜਿਹੜਾ ਹੈਗਾ ਪ੍ਰੋਪਰ ਜਿਹੜੀ ਅਸੈਂਸ਼ੀਅਲ ਗੁੱਡਸ ਹੈਗੇ ਆ, ਉਹ ਡੋਰ ਟੂ ਡੋਰ ਸਪਲਾਈ ਕੀਤੀ ਜਾ ਰਹੀ ਆ। ਜੋ ਵੀ ਕੋਈ ਸਬਜ਼ੀਆਂ ਦਾ ਹੈ, ਕੋਈ ਹੋਰ ਇਸ਼ੂਜ਼ ਹੈਗੇ ਆ, ਸਾਰਾ ਪਾਣੀ ਦਾ ਇਸ਼ੂ ਆ, ਕੋਈ ਹੋਰ ਹੈਗਾ, ਸਾਰਾ ਕਰਾ ਰਹੇ। ਸਰ, ਕੱਲ੍ਹ ਦੇਖਿਆ ਗਿਆ ਸੀ ਕਿ ਪੁਲਿਸ ਨੂੰ ਕੁਛ ਸਖਤੀ ਵਰਤਣੀ ਪਈ ਸੀਗੀ, ਇਸ ਤਰ੍ਹਾਂ ਦੀਆਂ ਕੁਛ ਹਦਾਇਤਾਂ ਜਿਹੜੀ ਪਬਲਿਕ ਨੂੰ ਦੇਣ ਦੀ ਜ਼ਰੂਰਤ ਹੋ ਰਹੀ? ਦੇਖੋ, ਇਹ ਹੈਗਾ ਆ ਕਿ ਅਸੀਂ ਇਹ ਲੋਕਾਂ ਨੂੰ ਵਾਰ ਵਾਰ ਅਪੀਲ ਕੀਤੀ ਹੈਗੀ ਔਰ ਕਰ ਵੀ ਰਹੇ ਹਾਂ ਕਿ ਕਰਫਿਊ ਜਿਹੜਾ ਹੈਗਾ ਲੋਕਾਂ ਦੀ ਸੁਰੱਖਿਆ ਲਈ ਲਾਇਆ ਗਿਆ ਹੈਗਾ। ਸਿਰਫ ਜਿਹੜਾ ਹੈਗਾ ਸਾਡੀ ਪੁਲਿਸ ਦੇ ਨਾਲ ਨੋ ਡਾਊਟ ਕਾਫੀ ਲੋਕ ਕੋਆਪਰੇਟ ਕਰ ਰਹੇ ਹੈਗੇ, ਹੁਣ ਲੋਕਾਂ ਨੂੰ ਸਮਝ ਆ ਗਈ ਆ। ਪਰ ਕਈ ਕੁਛ ਵਾਰ ਵਿੱਚ ਕੁਛ ਸ਼ਰਾਰਤੀ ਅੰਸਰ ਹੈਗੇ ਆ ਜਿਹੜੇ ਸ਼ਰਾਰਤ ਕਰਦੇ ਆ, ਔਰ ਜਿਹੜੇ ਹੈਗੇ ਆ ਉਹਨਾਂ ਨੂੰ ਨਾ ਸਮਝ ਹੁੰਦੇ ਹੋਏ ਜਿਹੜੇ ਘਰਾਂ ਤੋਂ ਬਾਹਰ ਨਿਕਲ ਕੇ ਐਵੇਂ ਉਹ ਨਿਕਲ ਆਉਂਦੇ ਆ, ਤਾਂ ਉਹਨਾਂ ਨੂੰ ਜਿਹੜਾ ਹੈਗਾ ਕਿਤੇ ਕਿਤੇ ਸਾਨੂੰ ਜਿਹੜਾ ਹੈਗਾ ਦੇਖਣ ਨੂੰ ਮਿਲਿਆ ਸੀ। ਪਰ ਅੱਜ ਜਿਹੜਾ ਹੈਗਾ ਕਾਫੀ ਇਹਦੀ ਜਿਹੜੀ ਹੈਗੀ ਦੇਖਣ ਨੂੰ ਸਾਰੇ ਪ੍ਰੋਪਰ ਨਾਲ ਇੰਪੋਜ਼ ਹੋਇਆ ਹੋਇਆ ਸਾਰਾ ਕੁਛ, ਕਿਉਂਕਿ ਪਹਿਲੀ ਵਾਰੀ ਹੈ ਕਿ ਕਰਫਿਊ ਲੱਗਿਆ ਹੋਵੇ ਔਰ ਲੋਕ ਪੁਲਿਸ ਦੀ ਪ੍ਰੇਜ਼ ਕਰਨ, ਹੈ ਨਾ, ਕਿਉਂ ਲੋਕ ਖੁਦ ਸਮਝ ਰਹੇ ਨੇ ਕਿ ਇਸ ਚੀਜ਼ ਦੀ ਲੋੜ ਹੈ, ਸਖਤੀ ਦੀ ਵੀ ਬਲਕਿ ਲੋੜ ਸਮਝ ਰਹੇ ਨੇ। ਕਈ ਥਾਂ 'ਤੇ ਜਿੱਥੇ ਕਿਤੇ ਕੋਈ ਯੰਗਸਟਰ ਥੋੜ੍ਹੀ ਬਹੁਤ ਗਲਤੀ ਕਰਦੇ ਹੈ, ਸਖਤੀ ਨੂੰ ਵੀ ਐਪਰੀਸ਼ੀਏਟ ਕਰ ਰਹੇ ਨੇ ਲੋਕ। ਜ਼ਰੂਰਤ ਸੀ ਮੌਕੇ ਦੀ ਕਿ ਆਪਾਂ ਸਾਰੇ ਇਹ ਜਿਹੜਾ ਕਰੋਨਾ ਵਾਇਰਸ ਦਾ ਕਹਿਰ ਪੂਰੇ ਸੰਸਾਰ 'ਤੇ ਟੁੱਟਿਆ ਹੈ, ਇਹਨੂੰ ਕੰਟਰੋਲ ਕੀਤਾ ਜਾਵੇ। ਇਹਨੂੰ ਕੰਟਰੋਲ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਆਪਾਂ ਆਈਸੋਲੇਟ ਹੋਈਏ, ਇੱਕ ਦੂਜੇ ਤੋਂ ਅੱਗੇ ਸਪਰੈਡ ਨਾ ਹੋਵੇ। ਉਹ ਮੈਸੇਜ ਡਾਊਨ ਦੀ ਲਾਈਨ ਮੇਰੇ ਖਿਆਲ ਹਰ ਅਮੀਰ ਗਰੀਬ ਛੋਟੇ ਵੱਡੇ ਤੱਕ ਪਹੁੰਚ ਗਿਆ। ਹੁਣ ਲੋਕ ਕੋਆਪਰੇਟ ਕਰ ਰਹੇ, ਔਰ ਮੁਸ਼ਕਲਾਂ ਸ਼ੁਰੂ 'ਚ ਥੋੜ੍ਹੀਆਂ ਜਿਹੀਆਂ ਆਈਆਂ ਸੀ ਕਿ ਜਿਹੜੀਆਂ ਜ਼ਰੂਰਤ ਦੀਆਂ ਵਸਤਾਂ ਨੇ ਜਿਵੇਂ ਰਾਸ਼ਨ ਸਬਜ਼ੀਆਂ, ਇਹਨਾਂ ਦੀ ਸਪਲਾਈ ਲਾਈਨ ਕਿਸ ਤਰ੍ਹਾਂ ਬਣਾਈ ਜਾਵੇ ਕਿ ਲੋਕ ਬਾਹਰ ਨਾ ਆਉਣ ਲੇਕਿਨ ਸਪਲਾਈ ਉਹਨਾਂ ਕੋਲ ਪਹੁੰਚ ਜਾਵੇ। ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ, SSPs ਨੇ ਰਲ ਕੇ ਉਹਨੂੰ ਬਹਾਲ ਕਰਵਾਇਆ। ਫਿਰ ਵੀ ਜੇ ਕੋਈ ਅੱਗੇ ਕੋਈ ਮੁਸ਼ਕਲ ਆਉਂਦੀ ਉਹਦੀ ਟਾਈਮ ਟੂ ਟਾਈਮ ਹੱਲ ਲੱਭਿਆ ਜਾਊਗਾ, ਤਾਂ ਕਿ ਇਸ ਨੂੰ ਆਪਾਂ ਸਾਰੇ ਰਲ ਮਿਲ ਕੇ ਵਿਦਆਊਟ ਕਿਸੇ ਡਿਫੀਕਲਟੀ ਦੇ ਇਹਨੂੰ ਆਪਾਂ ਸਿਰੇ ਚਾੜੀਏ, ਇਸ ਕਾਰਜ ਨੂੰ ਜਿਹੜੇ 'ਤੇ ਆਪਾਂ ਲੱਗੇ ਹੋਏ ਹਾਂ, ਤਾਂ ਕਿ ਇਹਦਾ ਸਿੱਟਾ ਸਾਨੂੰ ਵਧੀਆ ਮਿਲ ਸਕੇ। ਸਰ, ਪਬਲਿਕ ਨੂੰ ਕੋਈ ਅਪੀਲ ਇਸ ਨੂੰ ਲੈ ਕੇ? ਦੇਖੋ, ਪਬਲਿਕ ਨੂੰ ਅਪੀਲ ਇਹੀ ਹੈ ਕਿ ਇਹ ਸਮਾਂ ਜਿਹੜਾ 21 ਦਿਨ ਦਾ, 21 ਦਾ ਵੀ ਬਲਕਿ ਪੰਜਾਬ ਦੇ ਵਿੱਚ ਤਾਂ 24 ਦਿਨ ਦਾ, ਇਹਦੇ ਵਿੱਚ ਥੋੜ੍ਹੀ ਸਹਿਣਸ਼ੀਲਤਾ ਬਣਾ ਕੇ ਰੱਖਣ। ਜੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਡੀਆਂ ਕੰਟਰੋਲ ਰੂਮ ਦੀਆਂ ਲਾਈਨਸ ਨੇ, ਉੱਥੇ ਵੀ ਦੱਸ ਸਕਦੇ ਨੇ ਉਹ। ਸਾਡੇ ਪੁਲਿਸ ਵਾਲੇ ਵੀ ਥਾਂ ਥਾਂ ਜਾ ਰਹੇ ਨੇ, ਉਹਨਾਂ ਨੂੰ ਵੀ ਦੱਸ ਸਕਦੇ ਹੈ। ਇਹਨਾਂ ਨੂੰ ਵੀ ਅਸੀਂ ਹਦਾਇਤ ਕੀਤੀ ਹੈ ਕਿ ਆਪਣਾ ਬਿਹੇਵੀਅਰ, ਆਪਣੇ ਲੋਕਾਂ ਨਾਲ ਵਰਤਾਓ ਬਿਲਕੁਲ ਨਰਮਾਈ ਵਾਲਾ ਪਰ ਸਖਤੀ ਵਾਲਾ ਨਾਲ।